ਹਾਂਜੀ ਪਹਿਲੀ ਪੋਡਕਾਸਟ ਜ ਜੇ ਆਪਾਂ ਸ਼ੁਰੂ ਕਰ ਰਹੇ ਹਾਂਗੇ ਤੇ ਬਹੁਤ ਖੁਸ਼ੀ ਹੋ ਰਹੀ ਹੈ ਸਾਰਾ ਕੁਝ ਦੇਖ ਕੇ ਤੇ ਕਰਕੇ 2 ਮਹੀਨੇ ਪਹਿਲਾਂ ਆਪਾਂ TikTok ਤੇ ਸ਼ੁਰੂ ਕੀਤਾ ਸੀ ਤੇ ਬਹੁਤ ਪਿਆਰ ਮਿਲਿਆ ਸਾਰਿਆਂ ਦਾ ਤੇ ਹੁਣ ਆਪਾਂ ਅੱਗੇ ਮੂਵ ਕਰ ਰਹੇ ਹਾਂ ਪੋਡਕਾਸਟ ਤੇ YouTube ਵੀਡੀਓ ਪੋਡਕਾਸਟ ਤੇ ਨਾਲ-ਨਾਲ ਆਡੀਓ ਪੋਡਕਾਸਟ ਇਹਦੇ ਨਾਲ ਕੀ ਆਪਾਂ ਸਾਰੇ ਉਹ ਦੋਸਤ ਉਹ ਭੈਣ ਭਰਾ ਜਿਹੜੇ ਇੰਡੀਆ 'ਚ ਨੇ ਜਿਹੜੇ TikTok ਤੇ ਆਪਾਂ ਨੂੰ ਨਹੀਂ ਸੁਣ ਸਕਦੇ ਤੇ ਆਪਣੇ ਨਾਲ ਗੱਲਾਂ ਨਹੀਂ ਕਰ ਸਕਦੇ ਆਪਾਂ ਉਹਨਾਂ ਤੱਕ ਵੀ ਪਹੁੰਚਾਂਗੇ ਉਹਦੇ ਵਿੱਚ ਤੁਹਾਡੀ ਹੈਲਪ ਵੀ ਲੋੜ ਪਊਗੀ ਤੁਸੀਂ ਸਬਸਕ੍ਰਾਈਬ ਕਰੋ ਤੇ ਤੁਸੀਂ ਅੱਗੇ ਉਹਨਾਂ ਨੂੰ ਵੀ ਭੇਜੋ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਤੁਹਾਡੇ ਨਾਲ ਕਨੈਕਟਡ ਨੇ ਤੁਹਾਡੀ ਫੈਮਿਲੀ ਆ ਤੁਹਾਡੇ ਦੋਸਤ ਨੇ ਜਾਂ ਕੋਈ ਲੱਗਦਾ ਤੁਹਾਨੂੰ ਜਿਨ੍ਹਾਂ ਨੂੰ ਇਹਨਾਂ ਵੀਡੀਓਜ਼ ਦੇ ਨਾਲ ਹੈਲਪ ਹੋਊਗੀ ਇੰਡੀਆ ਦੇ ਵਿੱਚ ਤਾਂ ਸਾਰੇ ਜਣੇ ਸਬਸਕ੍ਰਾਈਬ ਕਰੋ ਇਕੱਠੇ ਹੋ ਕੇ ਹੀ ਕੰਮ ਹੋਣਾ ਇਹ ਇਕੱਲੇ ਮੈਂ ਨਹੀਂ ਕਰ ਸਕਦਾ ਹੈਗਾ ਤਾਂ ਤੁਹਾਡੀ ਸਾਰਿਆਂ ਦੀ ਹੈਲਪ ਦੀ ਲੋੜ ਹੈ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਇਹਨੂੰ ਉੱਥੇ ਰਿਵਿਊ ਕਮੈਂਟ ਜ਼ਰੂਰ ਦਿਓ ਅੱਜ ਪਹਿਲਾ ਦਿਨ ਹੈ ਤੇ ਪਹਿਲਾ ਟੌਪਿਕ ਆਪਾਂ ਲੈ ਕੇ ਆ ਰਹੇ ਹਾਂ ਓਵਰਥਿੰਕਿੰਗ ਓਵਰਥਿੰਕਿੰਗ ਕੀ ਹੈ ਓਵਰਥਿੰਕਿੰਗ ਕਿਵੇਂ-ਕਿਵੇਂ ਸ਼ੁਰੂ ਹੁੰਦੀ ਹੈ ਤੇ ਓਵਰਥਿੰਕਿੰਗ ਨੂੰ ਆਪਾਂ ਫਿਰ ਕਿਵੇਂ ਕੰਟਰੋਲ ਕਰਨਾ ਇਹਨਾਂ ਗੱਲਾਂ ਤੇ ਆਪਾਂ ਅ ਤਸਬ ਤੋਂ ਪਹਿਲਾਂ ਓਵਰ ਥਿੰਕਿੰਗ ਹੈ ਕੀ ਓਵਰ ਥਿੰਕਿੰਗ ਦੇ ਵਿੱਚ ਕੀ ਹੈ ਨਾ ਵੀ ਆਪਾਂ ਇੱਕ ਤਸਵੀਰਾਂ ਆਪਣੇ ਦਿਮਾਗ ਦੇ ਵਿੱਚ ਬਣ ਲੱਗ ਜਾਂਦੀਆਂ ਨੇਗੀਆਂ ਤੇ ਤਸਵੀਰਾਂ ਉਹ ਐਮ ਜਿਹੇ ਬਣਦੀਆਂ ਵੀ ਜੇ ਐ ਹੋ ਗਿਆ ਤਾਂ ਆ ਹੋਜੂ ਜੇ ਆ ਹੋ ਗਿਆ ਤਾਂ ਆ ਹੋਜੂ ਇੱਥੋਂ ਇੱਥੇ ਹੋ ਜਾਣਾ ਤੇ ਫਿਰ ਆਪਾਂ ਇੰਨੇ ਡੂੰਘੇ ਚਲੇ ਜਾਂਦੇ ਆ ਆਪਾਂ ਨੂੰ ਯਾਦ ਨਹੀਂ ਰਹਿੰਦਾ ਆਪਾਂ ਬੈਠੇ ਕਿੱਥੇ ਆ ਤੇ ਆਪਾਂ ਕਰ ਕੀ ਰਹੇ ਆ ਉਹ ਸਾਰਾ ਕੁਝ ਭੁੱਲ ਜਾਂਦੇ ਆ ਤੇ ਆਪਾਂ ਉਹ ਸਿਚੁਏਸ਼ਨ ਦੇ ਵਿੱਚ ਇੰਨੇ ਡੂੰਘਾ ਚਲੇ ਜਾਂਦੇ ਆਗੇ ਤੇ ਬਹੁਤ ਹੀ ਜ਼ਿਆਦਾ ਅੱਗੇ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਬਹੁਤ ਹੀ ਇੰਪੋਰਟੈਂਟ ਨੋਟ ਕਰਨ ਵਾਲੀ ਹੈ ਕਦੇ ਵੀ ਜਿਹੜੀ ਓਵਰ ਥਿੰਕਿੰ ਉਹਨੂੰ ਪੋਜ਼ਿਟਿਵ ਨਹੀਂ ਕਰਦੇ ਜੇ ਕਰਦੇ ਵੀ ਤਾਂ ਬਹੁਤ ਹੀ ਘੱਟ 1% ਕਦੇ ਐ ਸੋਚਿਆ ਵੀ ਜੇ ਮੈਨੂੰ ਆਹ ਮਿਲ ਜੂਗਾ ਫਿਰ ਜ਼ਿੰਦਗੀ ਚ ਆਹ ਹੋ ਜੂਗਾ ਫਿਰ ਆਹ ਹੋ ਜੂਗਾ ਫਿਰ ਆਹ ਹੋ ਜੂਗਾ ਹੈਨਾ ਜੇ ਪੱਕ ਕਰਨ ਵੀ ਲੱਗੇ ਆਪਦੇ ਆਪ ਨੂੰ ਆਪ ਹੀ ਟੋਕ ਜਨਾਂ ਵੀ ਯਾਰ ਕਿਹੜੀਆਂ ਗੱਲਾਂ ਚ ਪੈ ਗਿਆ ਤੂੰ ਇਹ ਤਾਂ ਹੋ ਹੀ ਨਹੀਂ ਸਕਦਾ ਕੀ ਕਰੀ ਜਨਾਂ ਹੈਨਾ ਇਦਾਂ ਹੀ ਹੁੰਦਾ ਨਾ ਜੇ ਆਪਾਂ ਨਹੀਂ ਪੈਂਦੇ ਤਾਂ ਕੋਈ ਨਾਲ ਦਾ ਕਹਿੰਦਾ ਵੀ ਕੀ ਤਰ੍ਹਾਂ ਦਿਮਾਖੇ ਲੱਗਿਆ ਕੀ ਕਰੀ ਜਨਾਂ ਤੂੰ ਹੈਨਾ ਇਹੀ ਹੁੰਦਾ ਪਰ ਜਦੋਂ ਕੋਈ ਨੈਗੇਟਿਵ ਓਵਰ ਥਿੰਕਿੰਗ ਆਪਾਂ ਕਰਦੇ ਆਪਾਂ ਕਹਿੰਦੇ ਆ ਵੀ ਮੰਨ ਲਓ ਤੁਹਾਡਾ ਵੀਜ਼ਾ ਲੱਗਣਾ ਜੇ ਵੀ ਜੇ ਮੇਰਾ ਵੀਜ਼ਾ ਨਾ ਫਿਰ ਮੈਨੂੰ ਉੱਧਰ ਜਾਣਾ ਪੈਜੂ ਜੇ ਮੇਰਾ ਇੰਡੀਆ ਚਲਾ ਗਿਆ ਤਾਂ ਲੋਕ ਕੀ ਕਹਿਣਗੇ ਉੱਥੇ ਜਾ ਕੇ ਮੈਂ ਕਰੂੰਗਾ ਕਿ ਉੱਥੇ ਜਾ ਕੇ ਮੇਰਾ ਕੰਮ ਨਹੀਂ ਚੱਲਣਾ ਫਿਰ ਮੇਰਾ ਵਿਆਹ ਨਹੀਂ ਹੋਣਾ ਫਿਰ ਮੇਰੇ ਘਰਦਿਆਂ ਦੀ ਬੇਚੀ ਹੋ ਫਿਰ ਸਾਡੇ ਸਾਰੇ ਕਰਜ਼ਾ ਛੜਿਆ ਉਹ ਕਿ ਮਿੱਤਰ ਆਪਾਂ ਉਧਰ ਨੂੰ ਚਲੇ ਜੰਨੇ ਆ ਰਾਦਰ ਦੇ ਨਾਮ ਪਏ ਸੋਚਦੇ ਆ ਵੀ ਇਹਦਾ ਉਲਟ ਫਸਾ ਵੀ ਵੀਜ਼ਾ ਤਾਂ ਮੇਰੇ ਹੱਜੇ ਲੱਗਣਾ ਉਹਦੇ ਵਿੱਚ ਮੇਰੇ ਕੰਟਰੋਲ ਚ ਕੀ ਆ ਆਪਾਂ ਉਧਰ ਨੂੰ ਨਹੀਂ ਦੇਖਦੇ ਮੈਂ ਹੁਣ ਕੀ ਕਰ ਸਕਦਾ ਜਾਂ ਮੈਂ ਹੁਣ ਕੀ ਕਰ ਸਕਦੀ ਹਾਂ ਹੈਨਾ ਉਹਦੇ ਲਈ ਮੈਂ ਪੜਨਾ ਕੀ ਹੈ ਮੇਰੇ ਅੱਗੇ ਦੇ ਪਲਾਨ ਕੀ ਨੇ ਕੱਲੋਂ ਮੇਰਾ ਵੀਜ਼ਾ ਲੱਗ ਜਾਣਾ ਉਸ ਤੋਂ ਬਾਅਦ ਮੈਂ ਕਰਨਾ ਕੀ ਹੈ ਉਹ ਆਪਾਂ ਨੇ ਜੋ ਕਿਨੇ ਲੋਕ ਇਹੀ ਵੇਟ ਕਰੀ ਜਾਂਦੇ ਨੇ ਵੀ ਐਗਜ਼ਾਮਪਲ ਮੈਂ ਕੱਲੀ ਵੀਜ਼ੇ ਦੀ ਲੈ ਰਿਆ ਜਾਂ ਐਗਜ਼ਾਮ ਦੀ ਵੀ ਮੇਰਾ ਆਹ ਕੰਮ ਹੋ ਜਾਊਗਾ ਫਿਰ ਅਗਲੇ ਦੀ ਦੇਖਾਂਗੇ ਜੇ ਆਹ ਕੰਮ ਦੇ ਵਿੱਚ ਵੇਟ ਪਈ ਹੈ ਜੇ ਮੰਨ ਲਓ ਤੁਹਾਡਾ ਪਾਸਪੋਰਟ ਹੈ ਜਿਹੜਾ ਐਂਬੈਸੀ ਕੋਲ ਪਿਆ ਹੈ ਤਾਂ ਤੁਸੀਂ ਉਹ ਤੋਂ ਬਾਅਦ ਕੀ ਕਰਨਾ ਉਹਦੀ ਤਿਆਰੀ ਵੀ ਤਾਂ ਸ਼ੁਰੂ ਕਰ ਲਓ ਪਰ ਨਹੀਂ ਆਪਾਂ ਉਸ ਸਰਕਲ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਇਹ ਹੁੰਦਾ ਕਿਉਂ ਹੈ ਇਹਦੇ ਪਿੱਛੇ ਕਾਰਨ ਕੀ ਹੈ ਆਪਾਂ ਜੋ ਵੀ ਸੋਚਦੇ ਹਾਂ ਜੋ ਵੀ ਕਰਦੇ ਹਾਂ ਆਪਣੀ ਲਾਈਫ ਦੇ ਵਿੱਚ ਉਹ ਫੋਟੋਆਂ ਜਾਂ ਵੀਡੀਓ ਦੇ ਰੂਪ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਘੁੰਮਦਾ ਇੱਕ ਸਲਾਈਡ ਸ਼ੋ ਬਣਦਾ ਹੈ ਇਮ ਐਗਜ਼ਾਮਪਲ ਕਾਫੀ ਵਾਰੀ ਟਿਕਟਾਕ ਤੇ ਵੀ ਦਿੱਤੀ ਹੈ ਤੇ ਅੱਗੇ ਵੀ ਵੀਡੀਓ ਚ ਦਊਂਗਾ ਜੇ ਮੈਂ ਹੁਣ ਤੁਹਾਨੂੰ ਕਹਾ ਵੀ ਤੁਸੀਂ ਹਾਥੀ ਬਾਰੇ ਨਾ ਸੋਚੋ ਕੀ ਆਇਆ ਤੁਹਾਡੇ ਦਿਮਾਗ ਤੇ ਵਿੱਚ ਹਾਥੀ ਆਇਆ ਪਰ ਮੈਂ ਤੇ ਕਿਹਾ ਸੀ ਨਾ ਸੋਚੋ ਇਹਦਾ ਕਾਰਨ ਇਹ ਹੈ ਆਪਣਾ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਜਿਹਨੂੰ ਅਚੇਤ ਮਨ ਕਹਿੰਦੇ ਆਗੇ ਹੈ ਨਾ ਉਹ ਨਿਗੇਸ਼ਨ ਜੋ ਨਾ ਹੈ ਉਹਦੀ ਤਸਵੀਰ ਨਹੀਂ ਬਣਾ ਪਾਉਂਦਾ ਕਿਉਂਕਿ ਤਸਵੀਰਾਂ ਨਾਂ ਦੀਆਂ ਬਣਦੀਆਂ ਨੇ ਕੋਈ ਨਾ ਜੇ ਕਹੀ ਤਾਂ ਨਾ ਦੀ ਤਸਵੀਰ ਕੀ ਹੋਈ ਉਹਦੀ ਤਸਵੀਰ ਨਹੀਂ ਹੁੰਦੀ ਤਸਵੀਰਾਂ ਜਿਹੜੀਆਂ ਚੀਜ਼ਾਂ ਐਗਜ਼ਿਸਟ ਕਰਦੇ ਆ ਉਹਨਾਂ ਦੀ ਹੁੰਦੀ ਆ ਹਨਾ ਤਾਂ ਇਸ ਕਰਕੇ ਜਦੋਂ ਆਪਾਂ ਕਹਿੰਦੇ ਆ ਵੀ ਹਾਏ ਮੈਂ ਫੇਲ ਨਾ ਹੋ ਜਾ ਤਸਵੀਰ ਕੀ ਆ ਰਹੀ ਆ ਫੇਲ ਹੋਣ ਦੀ ਉਹ ਤੇਰੀ ਲੱਤ ਨਾ ਟੁੱਟ ਦੇ ਜੇ ਤੂੰ ਡਿੱਗ ਗਿਆ ਤਸਵੀਰ ਕੀ ਆ ਰਹੀ ਆ ਲੱਤ ਟੁੱਟੀ ਆ ਪਲਾਸਟਰ ਲੱਗਿਆ ਬੰਦਾ ਜਾ ਰਿਹਾ ਹਨਾ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਦੀਆਂ ਹਨਾ ਤੇ ਐਕਸੀਡੈਂਟ ਨਾ ਹੋ ਜਾਏ ਤਸਵੀਰ ਕੀ ਬਣਦੀ ਆ ਐਕਸੀਡੈਂਟ ਹੋ ਰਿਹਾ ਇਹਦੀ ਤਾਂ ਇਹਨਾਂ ਨੂੰ ਆਪਾਂ ਨੇ ਰੀਫਰੇਮ ਕਰਨਾ ਹੁੰਦਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਤਰੀਕੇ ਨਾਲ ਆਪਣੀ ਓਵਰ ਥਿੰਕਿੰਗ ਬਣਦੀ ਆ ਕਿਉਂਕਿ ਆਪਾਂ ਤਸਵੀਰਾਂ ਨੇ ਜਿਹੜੀਆਂ ਉਹ ਨੈਗੇਟਿਵ ਸਿਰਜ ਲੈਣੇ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਉਹ ਗੱਲ ਦਾ ਪਰ ਉਹ ਫਿਰ ਕਾਫੀ ਵੱਡੀ ਪ੍ਰੋਬਲਮ ਬਣ ਜਾਂਦੀ ਹੈ ਆ ਬਾਅਦ ਦੇ ਵਿੱਚੋਂ ਹੁਣ ਇਹਦਾ ਅਗਲਾ ਪਾਰਟ ਓਵਰ ਥਿੰਕਿੰਗ ਕੀ ਹੈ ਉਹ ਤੁਹਾਨੂੰ ਤਸਵੀਰ ਮੈਂ ਸਮਝਾ ਚੁੱਕਿਆ ਹਾਂ ਓਵਰ ਥਿੰਕਿੰਗ ਹੁੰਦੀ ਕਿਉਂ ਹੈ ਓਵਰ ਥਿੰਕਿੰਗ ਉਦੋਂ ਹੁੰਦੀ ਹੈ ਜਦੋਂ ਆਪਣੇ ਦਿਮਾਗ ਦੇ ਵਿੱਚ ਕਾਫੀ ਸਪੇਸ ਆਪਾਂ ਖਾਲੀ ਛੱਡ ਦਿੰਨੇ ਆ ਕਿਉਂਕਿ ਜਦੋਂ ਆਪਾਂ ਕੁਝ ਕਰ ਰਹੇ ਹੁੰਨੇ ਮੰਨ ਲਓ ਆਪਾਂ ਇੰਡੀਆ ਤੋਂ ਵਾਸੀ ਉੱਥੇ ਆਪਾਂ ਬਹੁਤ ਕੁਝ ਡਿਫਰੈਂਟ ਕਰਦੇ ਸੀਗੇ ਕੋਈ ਦੋਸਤ ਮਿਲ ਗਏ ਕੋਈ ਘਰ ਦਾ ਕੰਮ ਹੋ ਗਿਆ ਕੁਝ ਨਾ ਕੁਝ ਚੱਲ ਰਿਹਾ ਸੀਗਾ ਪਰ ਉਹ ਜਿਹੜੀ ਸਪੇਸ ਸੀ ਦਿਮਾਗ ਦੇ ਵਿੱਚ ਉਹ ਖਾਲੀ ਹੋ ਚੁੱਕੀ ਆ ਹੁਣ ਖਾਲੀ ਸਪੇਸ ਕਿਸੇ ਚੀਜ਼ ਨੇ ਤਾਂ ਭਰਨੀ ਆ ਤੇ ਜਿਵੇਂ ਮੈਂ ਕਿਹਾ ਤਸਵੀਰਾਂ ਤੇ ਵੀਡੀਓ ਨਾਲ ਹੀ ਭਰਨੀ ਆ ਉਹ ਤਾਂ ਉਸ ਦੀ ਜਗ੍ਹਾ ਜੋ ਆਪਣੇ ਆਲੇ-ਦਾਲੇ ਹੋ ਰਿਹਾ ਜਾਂ ਹੁਣ ਹੈ ਜਾਂ ਬਾਕੀ ਲੋਕ ਜੋ ਆਪਣੇ ਆਲੇ-ਦਾਲੇ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਹੋਰ ਆਪਾਂ ਤਸਵੀਰਾਂ ਸਿਰਜਦੇ ਆਂ ਤੇ ਉਹ ਆਪਣੇ ਦਿਮਾਗ ਦੇ ਵਿੱਚ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਦਾਂ ਦੇਖਦੇ ਆਂ ਆਪਾਂ ਲੋਕਾਂ ਨੂੰ ਕੋਈ ਹੋਰ ਚਾਰ ਸ਼ਿਫਟਾਂ ਲਾ ਰਿਹਾ ਹੈ ਕਿਸੇ ਨੇ ਗੱਡੀ ਨਵੀਂ ਲੈ ਲਈ ਹੈ ਨਾ ਕਿਸੇ ਦੀਆਂ ਫਰਕਿਸ਼ਤਾਂ ਦੀ ਸਟਰਗਲ ਹੋ ਰਹੀ ਹੈ ਕਿਸੇ ਦੇ ਵੀ ਜਿਹਦੀ ਸਟਰਗਲ ਹੋ ਰਹੀ ਆ ਕੋਈ ਨਸ਼ਾ ਕਰਨ ਲੱਗ ਗਿਆ ਉਹ ਸਾਰਾ ਕੁਝ ਹੌਲੀ-ਹੌਲੀ ਆਪਣੇ ਦਿਮਾਗ ਦੇ ਅੰਦਰ ਫੀਡ ਹੁੰਦਾ ਰਹਿਣਾ ਤੇ ਨਵੀਆਂ ਤਸਵੀਰਾਂ ਇੱਕ ਕੈਨੇਡਾ ਦੀਆਂ ਇੰਗਲੈਂਡ ਦੀਆਂ ਆਸਟ੍ਰੇਲੀਆ ਦੀਆਂ ਨਵੀਆਂ ਬਣ ਲੱਗ ਜਾਂਦੀਆਂ ਨੇ ਜਿਹੜੀਆਂ ਪਿੰਡ ਦੀਆਂ ਯਾਦਾਂ ਸੀ ਜਾਂ ਉੱਥੇ ਕੁਝ ਕਰਦੇ ਸੀ ਉਹ ਹੌਲੀ-ਹੌਲੀ ਹੌਲੀ-ਹੌਲੀ ਅਮਿਟ ਹੋਣ ਲੱਗ ਜਾਂਦਾ ਜੇ ਆਪਾਂ ਕੌਨਸ਼ੀਅਸ ਨਾ ਹੋਈਏ ਤਾਂ ਐਮ ਵੀ ਦੀਆਂ ਤਸਵੀਰਾਂ ਭਰਦੀਆਂ ਜਾਣਗੇ ਅੰਦਰ ਤੇ ਫਿਰ ਇਹਨਾਂ ਤਸਵੀਰਾਂ ਦੇ ਵਿੱਚੋਂ ਹੀ ਖਿਆਲ ਸਿਰਜੇ ਜਾਣੇ ਨੇ ਤੇ ਉਹ 네ਗੇਟਿਵ ਓਵਰਥਿੰਕਿੰਗ ਤੁਹਾਡੇ ਲਈ ਲੈ ਕੇ ਆਉਣਗੇ ਇਸ ਦੀ ਜਗ੍ਹਾ ਆਪਾਂ ਨੇ ਚੰਗੇ ਖਿਆਲ ਸ ਤੇ ਦੋ ਪਾਰਟ ਹੋ ਗਏ ਪਹਿਲਾ ਓਵਰ ਥਿੰਕਿੰਗ ਹੈ ਕੀ ਦੂਜੀ ਆਉਂਦੀ ਕਿੱਥੋਂ ਹੁਣ ਆਪਾਂ 4 ਸਟੈਪ ਡਿਸਕਸ ਕਰਾਂਗੇ ਓਵਰ ਥਿੰਕਿੰਗ ਨੂੰ ਕੰਟਰੋਲ ਕਰਨ ਦੇ ਪਹਿਲਾ ਸਟੈਪ ਹੈਗਾ ਆਪਣੇ ਦਿਮਾਗ ਨੂੰ ਟੋਕੋ ਤੁਸੀਂ ਕਹੋਗੇ ਵੀ ਇਹ ਕਿਵੇਂ ਹੋ ਸਕਦਾ ਮੈਂ ਥੋੜੀ ਜਿਹੀ ਐਗਜ਼ਾਮਪਲ ਦਿੰਦਾ ਜੇ ਤੁਸੀਂ ਕੁਝ ਘਰੇ ਕੰਮ ਕਰ ਰਹੇ ਹੋ ਹਨਾ ਜੇ ਤੁਹਾਡੇ ਆਪ ਦੇ ਬੱਚੇ ਨੇ ਜਾਂ ਤੁਹਾਡੇ ਕੋਈ ਭਤੀਜੇ ਭਤੀਜੀ ਫੈਣ ਪਰਾਨੇ ਹਨਾ ਤੁਸੀਂ ਕੁਝ ਬਿਜ਼ੀ ਹੋ ਤੁਸੀਂ ਆਪਦੇ ਮੰਨ ਲਓ ਅਸਾਈਨਮੈਂਟ ਕਰ ਰਹੇ ਹੋ ਮੰਨ ਲਓ ਤੁਸੀਂ ਆਪ ਦਾ ਕੋਈ ਕਿਸੇ ਦੋਸਤ ਨਾਲ ਫੋਨ ਤੇ ਗੱਲ ਕਰ ਰਹੇ ਹੋ ਤੇ ਬੱਚਾ ਆ ਕੇ ਕਹਿੰਦਾ ਤੁਹਾਨੂੰ ਵੀ ਮੇਰੀ ਗੱਲ ਸੁਣੀ ਮੇਰੀ ਗੱਲ ਸੁਣੀ ਤੁਸੀਂ ਉਹ ਇਹੀ ਹੁੰਦਾ ਹਨ ਤਾਂ ਸਿੰਪਲੀ ਇਹੀ ਕਰਨਾ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਉਹ ਨੈਗੇਟਿਵ ਥਾਟ ਜਿਹੜਾ ਤੁਹਾਨੂੰ ਕਹਿ ਰਿਹਾ ਵੀ ਤੁਹਾਡਾ ਵੀਜ਼ਾ ਨਹੀਂ ਲੱਗਣਾ ਤੁਸੀਂ ਫੇਲ ਹੋ ਜਾਣਾ ਜਾਂ ਇਹ ਹੋ ਜਾਣਾ ਜਾਂ ਉਹ ਹੋ ਜਾਣਾ ਉਹ ਤੁਸੀਂ ਕੰਮ ਕਰ ਰਹੇ ਹੋ ਬਹੁਤ ਬਿਜ਼ੀ ਕੋਈ ਆਪਣੇ ਕੰਮ ਤੇ ਹੋ ਆਪਦੀ ਜੌਬ ਤੇ ਹੋ ਕੁਝ ਕਰ ਰਹੇ ਹੋ ਉਹ ਇੱਕਦਮ ਆਉਂਦਾ ਇਧਰੋਂ ਆ ਕੇ ਕਹਿੰਦਾ ਵੀ ਹੈਲੋ ਆ ਜਾ ਤੈਨੂੰ ਤੰਗ ਕਰਾਂ ਤੁਸੀਂ ਕਹਿੰਦੇ ਆ ਸਾਰਾ ਕੁਝ ਛੱਡ ਉਹਦੇ ਵੱਲ ਵੀ ਹਾਂਜੀ ਮਹਾਰਾਜ ਦੱਸੋ ਐ ਨਹੀਂ ਕਰਨਾ ਉਦੋਂ ਉਹਨੂੰ ਉਹ ਬੱਚੇ ਵਾਂਗੂ ਟ੍ਰੀਟ ਕਰਨਾ ਵੀ ਤੂੰ ਆ ਗਿਆ ਪਰ ਇਸ ਟਾਈਮ ਮੈਂ ਬਹੁਤ ਬਿਜ਼ੀ ਤੇ ਬਹੁਤ ਜ਼ਰੂਰੀ ਕੰਮ ਕਰ ਰਿਹਾ ਜਾਂ ਕਰ ਰਹੀ ਹਾਂ ਤੂੰ ਰੁਕ ਜਾ ਉਹ ਕਿ ਤੇਰੇ ਨਾਲ ਮੇਰੀ ਜ਼ਿੰਦਗੀ ਅੱਗੇ ਨਹੀਂ ਵਧ ਰਹੀ ਪਰ ਇਹ ਜੋ ਮੈਂ ਕਰ ਰਿਹਾ ਇਹਦੇ ਨਾਲ ਮੇਰੀ ਜ਼ਿੰਦਗੀ ਅੱਗੇ ਵਧਣੀ ਹੈ ਐਗਜ਼ੈਕਟਲੀ ਇਸੇ ਤਰ੍ਹਾਂ ਨਾਲ ਕਨਵਰਸੇਸ਼ਨ ਆਪਣੇ ਖਿਆਲ ਨਾਲ ਕਰਨੀ ਹੈ ਉਸ ਟਾਈਮ ਤੇ ਤੇ ਉਹਨੂੰ ਇਹ ਨਹੀਂ ਕਹਿਣਾ ਹੈਗਾ ਵੀ ਮੈਂ ਤੇਰੇ ਬਾਰੇ ਸੋਚਣਾ ਹੀ ਨਹੀਂ ਉਹਨੂੰ ਕਹੋ ਵੀ ਹੁਣ ਰੁਕ ਜਾ ਸ਼ਾਮ ਨੂੰ ਜਾਂ ਸ਼ਿਫਟ ਤੋਂ ਬਾਅਦ 5 ਮਿੰਟ ਮੈਂ ਤੇਰੇ ਨਾਲ ਜ਼ਰੂਰ ਗੱਲ ਕਰੂੰਗਾ ਇਹਦੇ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਇੱਕ ਜਿਹੜੀ ਪ੍ਰੋਬਲਮ ਹੈ ਤੁਸੀਂ ਉਹਨੂੰ ਅਣਦੇਖਿਆ ਨਹੀਂ ਕਰ ਰਹੇ ਤੁਸੀਂ ਉਹਨੂੰ ਅਕਨੋਲਜ ਕਰ ਰਹੇ ਹੋ ਪਰ ਐਸ ਟਾਈਮ રાઈટ મોમેન્ટ ਨਹੀਂ ਹੈਗੀ ਉਹਦੇ ਬਾਰੇ ਸੋਚਣ ਦੀ ਕਿਉਂਕਿ ਜਿਹੜਾ ਕੰਮ ਸਾਹਮਣੇ ਪਿਆ ਉਹ ਵੀ ਬਹੁਤ ਜ਼ਰੂਰੀ ਆ ਪਰ ਘਰੇ ਜਾ ਕੇ ਬਾਅਦ ਚੋਂ ਆਪਾਂ ਉਹਦੇ ਬਾਰੇ ਡਿਸਕਸ ਕਰਨਾ ਠੀਕ ਆ ਸਭ ਤੋਂ ਪਹਿਲਾ ਸਟੈਪ ਹੈ ਆਪਣੇ ਦਿਮਾਗ ਨੂੰ ਟੋਕੋ ਹੁਣ ਇਹਦੇ ਨਾਲ ਹੀ ਦੂਜਾ ਸਟੈਪ ਲਿੰਕ ਹੁੰਦਾ ਜੋ ਚੀਜ਼ਾਂ ਦਿਮਾਗ ਦੇ ਵਿੱਚ ਨੇ ਜਿਹੜੇ ਖਿਆਲ ਨੇ ਆ ਕਿ ਦਰਵਾਜ਼ਾ ਖੜਕਾਇਆ ਸੀ ਜਿਹਨੂੰ ਤੁਸੀਂ ਕਿਹਾ ਵੀ ਰੁਕ ਜਾ ਭਾਈ ਜਿਹਦੇ ਨਾਲ ਬਾਅਦ ਚੋਂ ਗੱਲ ਕਰਾਂਗੇ ਹਨ ਉਸ ਖਿਆਲ ਨੂੰ ਪੇਪਰ ਤੇ ਲਿਖ ਲੋ ਉਸ ਦਿੱਕਤ ਨੂੰ ਉਸ ਪ੍ਰੋਬਲਮ ਨੂੰ ਉਸ ਓਵਰ ਥਿੰਕਿੰਗ ਨੂੰ ਪੇਪਰ ਤੇ ਲਿਖ ਲੋ ਇਹਦਾ ਵੀ ਤੁਨ ਮੈਂ بڑا ਐਗਜ਼ਾਮਪਲ ਦਿੰਨਾ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਤੇ ਹੁਣ ਤੱਕ ਵੀ ਜਦੋਂ ਆਪਾਂ ਕੋਈ ਵੱਡਾ ਹਿਸਾਬ ਕਰਨਾ ਹੁੰਦਾ ਜਿਹੜਾ ਕਾਫੀ ਕੰਪਲੀਕੇਟਡ ਹੋਵੇ ਤਾਂ ਆਪਾਂ ਉਹਨੂੰ ਪੇਪਰ ਤੇ ਲਿਖ ਕੇ ਕਰਦੇ ਆਂ ਵੀ ਲਿਆ ਜਾਂ ਕੈਲਕੂਲੇਟਰ ਫੋਨ 'ਚ ਕੱਢ ਲੈਂਦੇ ਆਂ ਅੱਜ ਕੱਲ੍ਹ ਉਹੀ ਗੱਲ ਹੋ ਗਈ ਤਾਂ ਫੋਨ ਤੇ ਵੀ ਨੋਟਸ ਹੁੰਦੇ ਨੇ ਹਨਾ ਸਾਰਾ ਕੁਝ ਦਿਮਾਗ 'ਚ ਆਪਾਂ ਕੈਲਕੂਲੇਟ ਨਹੀਂ ਕਰ ਸਕਦੇ ਜੇ ਆਪਾਂ ਮੈਥ ਦੇ ਸਵਾਲ ਨੇ ਜਿਹੜੇ ਉਹਨਾਂ ਨੂੰ ਆਪਣੇ ਦਿਮਾਗ 'ਚ ਸਿੰਪਲੀ ਕੈਲਕੂਲੇਟ ਨਹੀਂ ਕਰ ਸਕਦੇ ਤਾਂ ਦਿਮਾਗ ਦੀ ਸੋਚ ਆ ਜਿਹੜੀ ਦਿਮਾਗ ਦੇ ਅੰਦਰ ਜਿਹੜੀਆਂ ਖੇਡਾਂ ਚੱਲ ਰਹੀਆਂ ਉਹ ਤਾਂ ਉਹਨਾਂ ਨੂੰ ਆਪਾਂ ਕਿਵੇਂ ਦਿਮਾਗ 'ਚ ਹੱਲ ਕਰ ਸਕਦੇ ਹਾਂ ਤਾਂ ਜ਼ਰੂਰੀ ਹੈ ਵੀ ਆਪਾਂ ਉਹਨਾਂ ਨੂੰ ਉਹ ਖਿਆਲਾਂ ਨੂੰ ਉਹ ਸੋਚ ਨੂੰ ਉਹ ਸਾਰੇ ਕਾਚੇ ਨੂੰ ਪੇਪਰ ਦੇ ਉੱਤੇ ਲਿਖ ਲਈਏ ਪੇਪਰ ਦੇ ਉੱਤੇ ਲਿਖਣ ਨਾਲ ਕੀ ਹੋਊਗਾ ਪਹਿਲਾਂ ਤਾਂ ਤੁਸੀਂ ਉਹਨੂੰ ਥੋੜਾ ਫੈਕਚੁਅਲੀ ਸੋਚਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਸਮਝ ਆਊਗੀ ਵੀ ਹੋ ਕੀ ਰਿਹਾ ਅਸਲ ਦੇ ਵਿੱਚ ਹੈਨਾ ਕਿਉਂਕਿ ਦਿਮਾਗ ਦੇ ਵਿੱਚ ਸਾਰਾ ਕਾਚ ਮਚੋੜਾ ਪੰਜਾਬੀ ਦਾ ਅਖਰ ਆ ਹੋ ਜਾਂਦਾ ਤਾਂ ਉਹ ਪੇਪਰ ਤੇ ਲਿਖ ਕੇ ਥੋੜੀ ਕਲੈਰਿਟੀ ਆਊਗੀ ਦੂਜੀ ਚੀਜ਼ ਉਹਦੇ ਵਿੱਚ ਇਹ ਹੁਣ ਉਹ ਇੱਥੇ ਨਹੀਂ ਆ ਹੁਣ ਉਹ ਤੁਸੀਂ ਉਹਨੂੰ ਕੈਰੀ ਨਹੀਂ ਕਰ ਰਹੇ ਹੁਣ ਤੁਸੀਂ ਇਹਨੂੰ ਕਿੱਥੇ ਰੱਖਤਾ ਜਦੋਂ ਲੋੜ ਆ ਉਦੋਂ ਜਾ ਕੇ ਉਹਨੂੰ ਚਾਕੇ ਉਹਨੂੰ ਦੇਖ ਸਕਦੇ ਆ ਤੇ ਜਦੋਂ ਉਹਨੂੰ ਦੇਖਣਾ ਉਹਦੇ ਬਾਰੇ ਇਹ ਦੇਖਣਾ ਵੀ ਇਹਦੇ ਵਿੱਚ ਮੇਰੇ ਕੰਟਰੋਲ ਦੇ ਵਿੱਚ ਕੀ ਹੈ ਤੇ ਮੇਰੇ ਕੰਟਰੋਲ ਦੇ ਵਿੱਚ ਕੀ ਨਹੀਂ ਉਹਨੂੰ ਵੱਖ-ਵੱਖ ਕਰੋ ਉਹ ਦੋਨੋਂ ਚੀਜ਼ਾਂ ਨੂੰ ਜਦੋਂ ਲਿਖ ਲਿਆ ਕਿਉਂਕਿ ਜਦੋਂ ਤੁਸੀਂ ਉਹ ਚੀਜ਼ਾਂ ਦੋਨੇ ਲਿਖ ਕੇ ਵੱਖ-ਵੱਖ ਕਰ ਲਿਆ ਇੱਕ ਹੋ ਗਏ ਫੈਕਟਸ ਇੱਕ ਹੋ ਗਈਆਂ ਫੀਲਿੰਗਸ ਮੇਰੇ ਫੈਕਟਸ ਕਿਹੜੇ ਨੇ ਮੰਨ ਲਓ ਮੇਰਾ ਵੀਜ਼ਾ ਆਉਣ ਦੇ ਵਿੱਚ 3 ਮਹੀਨੇ ਪੈਨੇ ਫੀਲਿੰਗ ਕੀ ਹੈ ਮੈਨੂੰ ਡਰ ਲੱਗ ਰਿਹਾ ਵੀ ਸ਼ਾਇਦ ਮੇਰਾ ਵੀਜ਼ਾ ਨਾ ਲੱਗੇ ਕੀ ਇਹ ਫੀਲਿੰਗ 100% ਕਿ ਆਪਾਂ ਦਾ ਆਊਟਕਮ ਪਤਾ ਹੀ ਨਹੀਂ ਪਰ ਫੈਕਟ ਹੈ ਵੀ ਹਜੇ 3 ਮਹੀਨੇ ਅਨਸਰਟੇਨਿਟੀ ਬਣੀ ਹੋਈ ਆ ਹੈਨਾ ਤਾਂ ਉਹਨਾਂ ਦੋਨਾਂ ਚੀਜ਼ਾਂ ਨੂੰ ਵੱਖ ਕਰੋ ਉਹਦੇ ਨਾਲ ਤੁਹਾਨੂੰ ਸਮਝ ਆਊਗੀ ਵੀ ਮੇਰਾ ਜਿਹੜਾ ਪ੍ਰੈਸ਼ਰ ਆ ਮੈਂ ਆਪਣੇ ਆਪ ਤੇ ਲੈ ਰਿਆ ਕੀ ਉਹ ਜੈਨੂਇਨ ਆ ਜਾਂ ਨਹੀਂ ਜੈਨੂਇਨ ਹੈਨਾ ਇਹਦੇ ਵਿੱਚੋਂ ਕਿਹੜੀਆਂ ਚੀਜ਼ਾਂ ਹੁਣ ਵੀਜ਼ੇ ਦੇ ਲਈ ਜੋ ਮੈਨੂੰ ਕਰਨੇ ਪਹਿਲੀ ਮੈਂ ਕੁਝ ਇਲੀਗਲ ਜਾਂ ਕੁਝ ਪੁੱਠਾ ਕੰਮ ਨਾ ਕਰ ਲਾਂ ਜਿਹਦਾ ਮੇਰੇ ਵੀਜ਼ੇ ਤੇ ਅਸਰ ਪੈ ਜਾਏ ਦੂਜੀ ਗੱਲ ਬਹੁਤ ਸਾਰੇ ਲੋਕਾਂ ਦੇ ਵੀਜ਼ੇ ਲੱਗ ਰਹੇ ਨੇ ਤੇ ਬਹੁਤ ਸਾਰਿਆਂ ਦੇ ਨਹੀਂ ਲੱਗ ਰਹੇ ਮੇਰੀ ਚੋਇਸ ਆ ਹੁਣ ਵੀ ਮੈਂ ਉਵੇਂ ਸੋਚਾਂ ਵੀ ਮੇਰਾ ਵੀਜ਼ਾ ਲੱਗ ਰਿਹਾ ਹੈ ਜਾਂ ਨਹੀਂ ਲੱਗ ਰਿਹਾ ਇਹ ਮੈਂ ਚੂਜ਼ ਕਰਨਾ ਕੀ ਤਿੰਨ ਮਹੀਨੇ ਮੈਂ ਇਸੇ ਫਿਕਰ ਚ ਰਹਾ ਰਹਾ ਵੀ ਲੱਗੂ ਜਾਂ ਨਹੀਂ ਲੱਗੂ ਜਿਹੜਾ ਮੇਰੇ ਕੰਟਰੋਲ 'ਚ ਹੀ ਹੈ ਨਹੀਂ ਜਾਂ ਮੈਂ ਇਸ ਪੋਜ਼ਿਟਿਵ ਸੋਚ ਨਾਲ ਚੱਲਾਂ ਵੀ ਵੀਜ਼ਾ ਲੱਗ ਜਾਣਾ ਉਦੋਂ ਅੱਗੇ ਦੀ ਤਿਆਰੀ ਕਰਾਂ ਕਿਉਂਕਿ ਮੰਨ ਲਓ ਤਿੰਨ ਵੀ ਤਿੰਨ ਮਹੀਨੇ ਬਾਅਦ ਵੀਜ਼ਾ ਲੱਗ ਗਿਆ ਤੇ ਫਿਰ ਤੁਸੀਂ ਸੋਚਣਾ ਸ਼ੁਰੂ ਕਰੋਗੇ ਅੱਗੇ ਕੀ ਕਰਨਾ ਨਹੀਂ ਹੁਣ ਟਾਈਮ ਹੈ ਹੁਣੇ ਕਰ ਲੋ ਕਿਹੜਾ ਕੋਈ ਰੋਕ ਰਿਹਾ ਠੀਕ ਆ ਤਾਂ ਦੂਜਾ ਪਾਰਟ ਲੇਖੋ ਤੇ ਫੈਕਟਸ ਤੇ ਫੀਲਿੰਗਸ ਨੂੰ ਅਲੱਗ-ਅਲੱਗ ਕਰੋ ਤੀਜਾ ਪਾਟ ਜੋ ਬਹੁਤ ਹੀ ਇੰਟਰਸਟਿੰਗ ਪਾਰਟ ਹੈ ਆਪਣੇ ਦਿਮਾਗ ਨੂੰ ਰੀਟ੍ਰੇਨ ਕਰੋ ਇਹ ਬਹੁਤ ਹੀ ਜ਼ਰੂਰੀ ਸਟੈਪ ਹੈ ਆਪਣੇ ਦਿਮਾਗ ਨੂੰ ਰੀਟ੍ਰੇਨ ਕਰਨ ਨਾਲ ਕੀ ਹੋਊਗਾ ਤੁਸੀਂ ਇੱਕ ਨਵਾਂ ਪੈਟਰਨ ਦਿਮਾਗ ਦੇ ਵਿੱਚ ਥਿੰਕਿੰਗ ਦਾ ਬਣਾ ਪਾਉਗੇ ਇਹ ਕਿਵੇਂ ਹੁੰਦਾ ਹੁਣ ਮੰਨ ਲਓ ਇੱਕ ਜਵਾਕ ਨੋ ਖਾਂਦਾ ਹੈ ਹਨਾ ਤਾਂ ਉਹਦੇ ਮਾਪੇ ਉਹਨੂੰ ਕਿੰਨਾ ਚਿਰ ਟੋਕਣਗੇ ਨੋ ਖਾਣ ਤੋਂ ਰੋਕਣ ਲਈ ਕਿ ਉਹ ਮਹੀਨੇ ਬਾਅਦ ਛੱਡ ਦੇਣਗੇ ਵੀ ਚਲ ਹੁਣ ਤਾਂ ਇਹ ਸਾਰੀ ਉਮਰ ਹੀ ਖਾਊ ਰਹਿਣ ਦਾ ਹੈ ਜਾਂ 2 ਮਹੀਨੇ ਬਾਅਦ ਜੇ ਕੋਈ ਬੱਚਾ ਮਿੱਟੀ ਖਾਂਦਾ ਕੀ ਉਹਦੇ ਘਰ ਦੇ ਕਹਣਗੇ ਵੀ ਹੁਣੇ ساری ਉਮਰ ਮਿੱਟੀ ਖਾਓ ਕੀ 50 ਸਾਲ ਦਾ ਬੰਦਾ ਮਿੱਟੀ ਖਾਂਦਾ ਦੇਖਿਆ ਕੋਈ 50 ਸਾਲ ਦਾ ਬੰਦਾ ਨਾ ਖਾਂਦਾ ਦੇਖਿਆ ਨਹੀਂ ਕਿਉਂਕਿ ਆਪਾਂ ਨੂੰ ਪਤਾ ਵੀ ਇਹ ਹਟ ਸਕਦਾ ਤਾਂ ਆਪਾਂ ਓਨੀ ਦੇਰ ਤੱਕ ਪੂਰੀ ਕਮਿਟਮੈਂਟ ਪੂਰੀ ਸ਼ਿੱਦਤ ਨਾਲ ਉਹਨੂੰ ਟੋਕਾਂਗੇ ਜਿੰਨਾ ਚਿਰ ਉਹ ਨਹੀਂ ਹਟੂਆ ਪਰ ਉਹ ਵੀ ਤਾਂ ਇੱਕ ਦਿਮਾਗ ਦਾ ਪੈਟਰਨ ਹੀ ਹੈ ਜਿਵੇਂ ਕਿ ਆਪਣੀ ਓਵਰ ਥਿੰਕਿੰਗ ਹੈ ਪਰ ਓਵਰ ਥਿੰਕਿੰਗ ਦੇ ਟਾਈਮ ਤੇ ਆਪਾਂ ਇਹ ਸੋਚ ਲੈਣਾ ਵੀ ਇਹ ਰੁਕਣੀ ਨਹੀਂ ਨਹੀਂ ਇਹ ਵੀ ਰੁਕੂਗੀ ਇਹ ਵੀ ਦਿਮਾਗ ਦੇ ਪੈਟਰਨ ਹੈ ਪਰ ਓਨੀ ਸ਼ਿੱਦਤ ਓਨੀ ਆਪਣੇ ਆਪ ਤੇ ਭਰੋਸੇ ਨਾਲ ਦਿਮਾਗ ਨੂੰ ਪੈਟਰਨ ਨੂੰ ਚੇਂਜ ਕਰਨਾ ਵੀ ਨਾ ਇਹ ਨਹੀਂ ਹੋ ਸਕਦਾ ਐਂ ਕਰਨਾ ਬਾਰ 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 ਉਹਨੂੰ ਦੁਬਾਰੇ ਜਿਵੇਂ ਕਹਿੰਦੇ ਕਿ ਮਿਰਚਾਂ ਲਾ ਆਂਦੇ ਸੀ ਕਹਿੰਦੇ ਕੀ ਕਰਦੇ ਕਿੰਨਾ ਕੁਸ਼ ਕਰਦੇ ਹੱਥਾਂ ਜਿਹੜੇ ਨੌਂ ਕਾਂਦੇ ਸੀ ਆਪਾਂ ਮਿਰਚਾਂ ਲਾਉਣ ਦੀ ਲੋੜ ਨਹੀਂ ਪਰ ਰੀਟ੍ਰੇਨ ਕਰਨਾ ਜਦੋਂ ਇਹ 네ਗੇਟਿਵ ਥਾਟ ਆਉਂਦਾ ਰੀਟ੍ਰੇਨ ਕਰਨਾ ਪੋਜ਼ਿਟਿਵ ਪਾਸਿਨਿਕ ਸਟ੍ਰੈਟੇਜੀ ਬਣਾਓ ਨਹੀਂ ਪਹਿਲੇ ਦੋ ਸਟੈਪ ਨਾਲ ਜਿਹੜੀ ਸਟਰੈਟਜੀ ਬਣੀ ਹੈ ਤੁਹਾਡੀ ਉਹਨੂੰ ਬਾਰ-ਬਾਰ ਫੋਲੋ ਕਰੋ ਤੁਸੀਂ ਬਾਰ-ਬਾਰ ਫੇਲ ਹੋਵੋਗੇ ਤੁਸੀਂ ਬਾਰ-ਬਾਰ ਫੋਲੋ ਕਰਨੀ ਤੁਸੀਂ ਬਾਰ-ਬਾਰ ਫੇਲ ਹੋਵੋਗੇ ਤੁਸੀਂ ਬਾਰ-ਬਾਰ ਫੋਲੋ ਕਰਨੀ ਫੇਲ ਹੋਣ ਨਾਲ ਸਿੱਖਣ ਨੂੰ ਹੀ ਮਿਲਦਾ ਇੱਕ ਵਾਰੀ ਫੇਲ ਹੋਣ ਤੋਂ ਬਾਅਦ ਮੰਨ ਲਓ ਤੁਸੀਂ ਛੱਡਤਾ ਵੀ ਯਾਰ ਮੈਤੋਂ ਨਹੀਂ ਹੁੰਦਾ ਸਾਲ ਬਾਅਦ ਤੁਸੀਂ ਮੇਰੀ ਇਹੀ ਵੀਡੀਓ ਦੇਖ ਰਹੇ ਹੋ ਤੁਸੀਂ ਹਜੇ ਵੀ ਉੱਥੇ ਖੜੇ ਹੋ ਦੋ ਸਾਲ ਬਾਅਦ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੁਸੀਂ ਫੇਰ ਵੀ ਉੱਥੇ ਹੀ ਖੜੇ ਹੋ ਅਜੇ ਵੀ ਓਵਰ ਥਿੰਕਿੰਗ ਚੱਲ ਰਹੀ ਹੈ 10 ਸਾਲ ਬਾਅਦ ਵੀ ਉੱਥੇ ਹੀ ਖੜੇ ਹੋ ਫਿਰ ਕੀ ਫੀਲ ਹੋਗਾ ਉਹਦੇ ਉਸ ਨਾਲੋਂ ਚੰ ਤੇ ਆਪਣੇ ਆਪ ਨੂੰ ਅੱਜ ਇੱਕ ਪੇਪਰ ਤੇ ਲਿਖ ਕੇ ਕਮਿਟਮੈਂਟ ਦੇ ਦੋ ਵੀ ਜਿੰਨੀ ਵਾਰੀ ਦਿਮਾਗ ਨੂੰ ਟੋਕਣਾ ਪਿਆ ਨਾ ਓਨੀ ਵਾਰੀ ਟੋਕਾਂ ਜਿੰਨੀ ਵਾਰੀ ਪੇਪਰ ਤੇ ਲਿਖਣਾ ਪਿਆ ਓਨੀ ਵਾਰੀ ਲਿਖਾਂ ਪਰ ਆਹ ਓਵਰ ਥਿੰਕਿੰਗ ਵਾਲਾ ਕੰਮ ਮੈਂ ਖਤਮ ਕਰਕੇ ਛੱਡਾਂ ਕਿਉਂਕਿ ਮੈਂ ਪੋਜ਼ਿਟਿਵ ਸੋਚਣਾ ਮੈਂ ਚੰਗੀਆਂ ਤਸਵੀਰਾਂ ਦਿਮਾਗ ਦੇ ਵਿੱਚ ਸਿਰਜਣੀਆਂ ਨੈਗੇਟਿਵ ਤਸਵੀਰਾਂ ਦਿਮਾਗ ਸਿਰਜਣ ਨਾਲ ਮੇਰੀ ਕੋਈ ਤਰੱਕੀ ਨਹੀਂ ਹੋ ਰਹੀ ਇਸ ਤਰੀਕੇ ਨਾਲ ਇਸ ਡੈਡੀਕੇਸ਼ਨ ਨਾਲ ਤੁਸੀਂ ਅੱਗੇ ਵਧਣਾ ਫੇਰ ਆਉਂਦਾ ਚੌਥਾ ਪਾੜ ਜਿਹੜਾ ਕਿ ਸਭ ਤੋਂ ਹੀ ਇੰਪੋਰਟੈਂਟ ਹੈ ਮਾਈਂਡਫੁਲਨੈਸ ਮਾਈਂਡਫੁਲਨੈਸ ਦਾ ਮਤਲਬ ਕੀ ਹੈ ਵੀ ਪ੍ਰੈਜ਼ੈਂਟ ਦੇ ਵਿੱਚ ਰਹੋ ਜੋ ਹੋ ਰਿਹਾ ਉਹਨੂੰ ਤਾਂ ਮਹਿਸੂਸ ਕਰੋ ਓਵਰ ਥਿੰਕਿੰਗ ਪਾਸਟ ਤੇ ਫਿਊਚਰ 'ਚ ਹੀ ਲੈ ਕੇ ਜਾਂਦੀ ਹੈ ਵੀ ਕਿਸ ਨੇ ਮੇਰੇ ਨਾਲ ਆਇਆ ਕਰਤਾ ਸੀ ਹੈ ਕਿਉਂ ਕਰਤਾ ਸੀ ਮੈਂ ਤਾਂ ਡਿਜ਼ਰਵ ਹੀ ਨਹੀਂ ਕਰਦਾ ਜਾਂ ਕਰਦੀ ਕੀ ਹੋ ਗਿਆ ਕਿਉਂ ਹੋ ਗਿਆ ਜਾਂ ਮੇਰਾ ਆ ਨਹੀਂ ਹੋਣਾ ਮੇਰਾ ਆਉ ਨਹੀਂ ਹੋਣਾ ਇਹ ਨਹੀਂ ਪਰ ਜੋ ਅੱਜ ਦੀ ਘੜੀ ਹੁਣ ਹੋ ਰਿਹਾ ਉਹਨੂੰ ਮਹਿਸੂਸ ਕਰੋ ਉਹਨੂੰ ਮਹਿਸੂਸ ਕਿ ਮੈਂ ਕਰਨਾ ਮੰਨ ਲਓ ਹੱਥ ਹੀ ਧੋ ਰਿਹਾ ਹਾਂ ਪਾਣੀ ਦਾ ਟੈਂਪਰੇਚਰ ਪਾਣੀ ਦਾ ਹੱਥ ਨਾਲ ਜਿਹੜਾ ਟੱਚ ਹੈ ਸਾਬਣ ਦੀ ਖੁਸ਼ਬੂ ਹੈਨਾ ਉਹਦਾ ਟੈਕਸਚਰ ਜੇ ਦਰਵਾਜ਼ਾ ਖੋਲਿਆ ਤਾਂ ਦਰਵਾਜ਼ੇ ਦਾ ਕੁੰਡਾ ਕਿਵੇਂ ਦਾ ਹੈ ਜੇ ਆ ਵੀਡੀਓ ਦੇਖ ਰਹੇ ਹੋ ਤਾਂ ਮੇਰੀ ਆਵਾਜ਼ ਜਿਹੜੀ ਸੁਣ ਰਹੀ ਆ ਉਹ ਕਿਵੇਂ ਦੀ ਆ ਹੈਨਾ ਮੇਰੇ ਆ ਸਕਰੀਨ ਦੇ ਵਿੱਚ ਕੀ ਦਿਖ ਰਿਹਾ ਜਦੋਂ ਕੋਈ ਖਾਣਾ ਖਾ ਰਿਹਾ ਹਾਂ ਤਾਂ ਖਾਣੇ ਨੂੰ ਚੱਪ-ਚੱਪ ਕੇ ਇਹਨੇ ਚੰਗੀ ਤਰ੍ਹਾਂ ਨਾ ਖਾਣਾ ਮੈਂ ਅੱਖਾਂ ਬੰਦ ਕਰ ਲਿਆ ਮੈਨੂੰ ਆਪ ਨੂੰ ਮਹਿਸੂਸ ਹੋਣ ਲੱਗਾ ਸੀ ਮੈਂ ਕੀ ਖਾ ਰਿਹਾ ਕੁਛ ਨਾ ਤਾਂ ਉਹਨੂੰ ਹਰ ਚੀਜ਼ ਨੂੰ ਉਹਦੀ ਸੂਖਮਤਾ ਜਿਹੜੀ ਉਹਨੂੰ ਮਹਿਸੂਸ ਕਰੋ ਤਾਂ ਉਹਦੇ ਨਾਲ ਕੀ ਹੋਊਗਾ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਆਉਂਗੇ ਜਦੋਂ ਪ੍ਰੈਜ਼ੈਂਟ ਦੇ ਵਿੱਚ ਆਉਂਗੇ ਤਾਂ ਇੱਕ ਵੱਖਰਾ ਹੀ ਨਜ਼ਾਰਾ ਬਣਨਾ ਹੁਣ ਮਤੋਂ ਸਾਰਿਆਂ ਨੂੰ ਜਿਹੜੇ ਗੱਡੀ ਨਹੀਂ ਚਲਾ ਰਹੇ ਜਾਂ ਕੋਈ ਐਵੇਂ ਦੀ ਮਸ਼ੀਨਰੀ ਨਹੀਂ ਚਲਾ ਰਹੇ ਤੇ ਘਰੇ ਬੈਠੇ ਹੋ ਉਹ ਹੁਣ ਤੇ ਬਾਕੀ ਇਹਨੂੰ ਦੁਬਾਰਾ ਪਲੇ ਕਰਕੇ ਇਹ ਟਰਾਈ ਜ਼ਰੂਰ ਕਰਿਓ ਜਿਸ ਤਰ੍ਹਾਂ ਵੀ ਬੈਠੇ ਹੋਗੇ ਬਸ ਆਪਣੀ ਬਰੀਥਿੰਗ ਆ ਜਿਹੜੀ ਉਹਨੂੰ ਨੋਟਿਸ ਕਰਨਾ ਸ਼ੁਰੂ ਕਰੋ ਜਿਸ ਤਰ੍ਹਾਂ ਤੁਹਾਡਾ ਸਾਹ ਆ ਰਿਹਾ ਹੈ ਉਹਨੂੰ ਮਹਿਸੂਸ ਕਰੋ ਸਾਹ اندر ਜਾ ਰਹੇ ਨੇ ਉਹਨੂੰ ਚੇਂਜ ਨਹੀਂ ਕਰਨਾ ਜਿਵੇਂ ਵੀ ਸਾਹ ਆ ਰਿਹਾ ਹੈ ਉਹਨੂੰ ਓਵੇਂ ਦੀ ਓਵੇਂ ਮਹਿਸੂਸ ਕਰੋ ਹੈਨਾ ਸਾਹ ਜਦੋਂ ਅੰਦਰ ਜਾ ਰਹੇ ਨੇ ਤਾਂ ਆਕਸੀਜਨ ਤੁਹਾਡੀ ਬਾਡੀ ਦੇ ਵਿੱਚ ਰੋਮ ਰੋਮ ਦੇ ਵਿੱਚ ਪਹੁੰਚ ਰਹੀ ਹੈ ਇਹਦੇ ਨਾਲ ਤੇ ਜਦੇ ਪਹੁੰਚ ਰਹੀ ਹੈ ਫਿਰ ਅੰਦਰੋਂ ਸਾਹ ਬਾਹਰ ਆ ਰਿਹਾ ਹੈ ਤੇ ਫਿਰ ਨਿਕਸਾ ਅੰਦਰ ਜਾ ਰਿਹਾ ਹੈ ਇਹ ਸਾਰਾ ਇੱਕ ਪ੍ਰੋਸੈਸ ਤੁਹਾਡੇ ਅੰਦਰ ਹਰ ਟਾਈਮ ਚੱਲ ਰਿਹਾ ਹੈ ਤੇ ਇਹਦੇ ਨਾਲ ਕਿੰਨੀ ਜ਼ਿਆਦਾ ਆਕਸੀਜਨ ਰੈੱਡ ਬਲੱਡ ਸੈੱਲ ਨੂੰ ਮਿਲ ਰਹੀ ਹੈ ਉਹ ਕਿੱਥੇ-ਕਿੱਥੇ ਅੱਗੇ ਲੈ ਕੇ ਜਾ ਰਹੇ ਨੇ ਕਿੰਨਾ ਪ੍ਰੋਸੈਸ ਹੋ ਰਿਹਾ ਹਾਰਟ ਬੀਟ ਚੱਲ ਰਹੀ ਹੈ ਅੰਦਰ ਹਨਾ ਤੁਹਾਡੇ ਕੰਨ ਇਸ ਟਾਈਮ ਇਹਨੂੰ ਸੁਣ ਰਹੇ ਨੇ ਤੁਹਾਡੀਆਂ ਅੱਖਾਂ ਕਿੰਨਾ ਕੁਝ ਦੇਖ ਰਹੀਆਂ ਨੇ ਤੇ ਇਹਦੇ ਵਿੱਚ ਤੁਸੀਂ ਹੁਣ ਬੈਠੇ ਹੋ ਨਾ ਆਪਦੇ ਜਿਹੜੀ ਬੈਕਬੋਨ ਨੂੰ ਸਟ੍ਰੈਚ ਕਰਨ ਲਈ ਥੋੜਾ ਜਿਹਾ ਆਪਣੇ ਜਿਹੜੇ ਸ਼ੋਲਡਰਸ ਨੇ ਉਹਨਾਂ ਨੂੰ ਥੱਲੇ ਕਰੋ ਤੇ ਆਪਣੀ ਗਰਦਨ ਤੇ ਸਿਰ ਨੂੰ ਉੱਪਰ ਨੂੰ ਪੁਸ਼ ਕਰੋ ਇਸ ਤਰ੍ਹਾਂ ਨਾਲ ਆਹ ਪੋਜੀਸ਼ਨ ਦੇ ਵਿੱਚ ਆਓ ਤੇ ਸਟ੍ਰੈਚ ਨੂੰ ਵੀ ਮਹਿਸੂਸ ਕਰੋ ਇਹ ਸਟ੍ਰੈਚ ਕਰਨ ਦੇ ਨਾਲ ਕਿੰਨੇ ਮਸਲ ਤੁਹਾਡੇ ਰਾਈਟ ਨਾਓ ਜਿਹੜੇ ਮੂਵ ਹੋਏ ਨੇ ਇਹ ਵੀ ਤੁਹਾਡੇ ਨੇ ਤੇ ਇਹ ਤੁਹਾਡੀ ਹੋਂਦ ਹੈ ਇਹ ਤੁਸੀਂ ਹੋ ਇੱਕ ਸੈਕਿੰਡ ਲਈ ਆਪਣੀ ਬੋਡੀ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਕੈਨ ਕਰੋ ਹੱਥਾਂ ਨੂੰ ਦੇਖੋ ਨਹਾਂ ਨੂੰ ਦੇਖੋ ਆਪਣੇ ਆਪ ਨੂੰ ਦੇਖੋ ਆਪਣੇ ਪੈਰਾਂ ਨੂੰ ਦੇਖੋ ਵੀ ਇਹ ਮੈਂ ਆਂ ਆਪਦੇ ਪੈਰਾਂ ਤੇ ਥੋੜਾ ਜਿਹਾ ਧਿਆਨ ਲੈ ਕੇ ਜਾਓ ਕਿੱਥੇ ਕਿੱਥੇ ਤੁਹਾਨੂੰ ਇਹ ਲੈ ਕੇ ਜਾਂਦੇ ਨੇ ਕਿਵੇਂ ਨੇ ਤੁਹਾਡੇ ਪੈਰ ਕਿੰਨੀ ਕੇਅਰ ਤੁਸੀਂ ਇਹਨਾਂ ਦੀ ਕਰਦੇ ਹੋ ਆਪਦੀ ਔਂਗਲਾਂ ਪੈਰਾਂ ਦੀ ਆਪਦੇ ਗੁੱਠੇ ਨੂੰ ਹਿਲਾਓ ਐਸ ਟਾਈਮ ਤੁਹਾਡੇ ਪੈਰ ਗਰਮ ਨੇ ਜਾਂ ਠੰਡੇ ਨੇ ਤੁਸੀਂ ਕਿਵੇਂ ਦਾ ਚੀਜ਼ਾਂ ਪੈਰਾਂ 'ਚ ਪਾਉਣੀ ਆ ਪਸੰਦ ਕਰਦੇ ਹੋ ਸ਼ੂਜ਼ ਜੁਰਾਬਾਂ ਕਿਵੇਂ ਤੁਸੀਂ ਇਹਨਾਂ ਦੀ ਕੇਅਰ ਕਰਦੇ ਹੋ ਤੇ ਕਿਵੇਂ ਇਹਨ ਰਿਟਰਨ 'ਤੇ ਤੁਹਾਡੀ ਕੇਅਰ ਕਰਦੇ ਨੇ ਤੇ ਇੱਕ ਸੈਕਿੰਡ ਲਈ ਰੱਬ ਦਾ ਸ਼ੁਕਰ ਮਨਾਓ ਵੀ ਮੇਰੇ ਕੋਲ ਹੈ ਨੇ ਹੁਣ ਆਪਦੀ ਬਾਡੀ ਦੇ ਉਹ ਪਾਰਟਸ ਕੈਨ ਕਰੋ ਜੇ ਮੇ ਤੁਹਾਡਾ ਹਾਰਟ ਹੋ ਗਿਆ ਤੁਹਾਡੀਆਂ ਅੱਖਾਂ ਹੋ ਗਈਆਂ ਤੁਹਾਡੀਆਂ ਸਾਰੀਆਂ ਇੰਦਰੀਆਂ ਹੋ ਗਈਆਂ ਸਾਰਾ ਕੁਝ ਆਪ ਕਿੰਨੇ ਬlesਡਾਂ ਵੀ ਆਪਣੇ ਕੋਲੇ ਹੈਗਾ ਕਿੰਨਾ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਇੱਕ ਦੋ ਸੈਕਿੰਡ ਵੀ ਬੈਠ ਕੇ ਇਹਨੂੰ ਮਹਿਸੂਸ ਕਰਦੇ ਆ ਮੈਨੂੰ ਉਮੀਦ ਹੈ ਤੁਸੀਂ ਪਿਛਲੇ 5-10 ਸੈਕਿੰਡ ਆਪ ਦੇ ਹੱਥ ਤੇ ਫੋਕਸ ਕਰ पाए ਹੋਵੋਗੇ ਤੇ ਪ੍ਰੈਸੈਂਟ ਮੂਮੈਂਟਸ 'ਚ ਰਹੇ ਹੋਵੋਗੇ ਇਹੀ ਕਰਨਾ ਹੈ ਤੇ ਚਾਰ ਸਟੈਪ ਨੇ ਅੱਜ ਦੇ ਚਾਰੇ ਸਟੈਪ ਮੈਂ ਦੁਬਾਰੇ ਇੱਕ ਵਾਰੀ ਤੁਹਾਨੂੰ ਰੀਕੈਪ ਕਰਦਾ ਪਹਿਲਾ ਹੈਗਾ ਦਿਮਾਗ ਨੂੰ ਟੋਕੋ ਦੂਜਾ ਹੈਗਾ ਚੀਜ਼ਾਂ ਲਿਖੋ ਤੀਜਾ ਹੈਗਾ ਦਿਮਾਗ ਨੂੰ ਰੀਟ੍ਰੇਨ ਕਰੋ ਜਿਹੜੇ ਪਹਿਲੇ ਦੋ ਸਟੈਪ ਨੇ ਉਹਨਾਂ ਦੀ ਜਿੱਦ ਫੜ ਲਓ ਬਸ ਇੰਨਾ ਚਿਰ ਕਰਨਾ ਕਰਨਾ ਹੀ ਕਰਨਾ ਤੇ ਚੌਥਾ ਪਾਰਟ ਹੈਗਾ ਮਾਈਂਡਫੁਲਨੈਸ ਉਹਦੇ ਵਿੱਚ ਕੀ ਹੈ ਧਿਆਨ धरो ਪਾਠ ਕਰੋ ਬਾਣੀ ਪੜੋ ਨਿਤਨੇਮ ਕਰੋ ਮਾਈਂਡਫੁਲਨੈਸ ਕਰੋ ਐਕਸਰਸਾਈਜ਼ ਕਰੋ ਕੋਈ ਵੀ ਐਕਟੀਵਿਟੀ ਕਰ ਰਹੇ ਹੋ ਪੂਰੇ ਦਾ ਪੂਰਾ ਧਿਆਨ ਉਹਦੇ ਵਿੱਚ ਲੈ ਕੇ ਜਾਓ ਉਹਦੇ ਨਾਲ ਖੁਸ਼ੀ ਵੀ ਮਿਲੂਗੀ ਤੇ ਦਿਮਾਗ ਨੂੰ ਬ੍ਰੇਕ ਵੀ ਮਿਲੂਗੀ ਤੇ ਓਵਰਥਿੰਕਿੰਗ ਵਾਲਾ ਜਿਹੜਾ ਪੈਟਰਨ ਹੈ ਇਹ ਟੁੱਟੂਗਾ ਚਲੋ ਜੀ ਜੇ ਵਧੀਆ ਲੱਗਾ ਤਾਂ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਇੰਡੀਆ ਜ਼ਰੂਰ ਭੇਜੋ ਸਾਰਿਆਂ ਨੂੰ ਕਿਉਂਕਿ ਆਪਾਂ ਇੰਡੀਆ ਵਾਲਿਆਂ ਨਾਲ ਵੀ ਆਪਾਂ ਜੁੜਨਾ ਹੈ ਤੇ ਕਮੈਂਟ ਜ਼ਰੂਰ ਕਰਿਓ ਜਿੱਥੇ ਵੀ ਸੁਣ ਰਹੇ ਹੋਗੇ ਤੇ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਅਗਲੇ ਪੌਡਕਾਸਟ ਦੇ ਵਿੱਚ